ਰਿਹਾ, ਕਿਸ ਤਰੀਕੇ ਦਾ ਮੁਕਾਬਲਾ ਰਿਹਾ ਔਰ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਨੂੰ ਲੈ ਕੇ ਕਿਸ ਤਰੀਕੇ ਦੀ ਟ੍ਰੇਨਿੰਗ ਰਹੀ? ਬਹੁਤ ਵਧੀਆ ਸੀਗਾ ਜੀ ਕੰਪੀਟੀਸ਼ਨ, ਅਤੇ ਮੇਰੇ ਕੰਪੀਟੀਟਰ ਸੀਗੇ 10-12 ਜਣੇ, ਉਹਨਾਂ ਨੇ ਫਿਰ ਉਹਦੇ ਵਿੱਚੋਂ ਟੋਪ 5 ਚੁਣੇ, ਫਿਰ ਉਹਨਾਂ ਵਿੱਚੋਂ ਮੈਨੂੰ ਟੋਪ 3 'ਤੇ ਚੁਣਿਆ ਬਿਕੋਜ਼ ਆਫ ਮਾਈ ਮਸਕੂਲਰ ਬੋਡੀ ਐਂਡ ਆਈ ਐਮ ਵੈਰੀ ਐਪਰੀਸ਼ੀਏਟ ਟੂ ਮਾਈ ਪੇਰੈਂਟਸ ਬਿਕੋਜ਼ ਆਫ ਇਹਨਾਂ ਦੀ ਦੇਣ ਨਾਲ ਹੀ ਇੱਥੇ ਖੜ੍ਹਾ। ਉਮਰ ਕਿੰਨੀ ਹੈ ਤੁਹਾਡੀ ਸਭ ਤੋਂ ਪਹਿਲਾਂ? 19 ਸਾਲ। 19 ਸਾਲ, ਹਾਂਜੀ। ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕਿ ਬੋਡੀ ਬਿਲਡਿੰਗ? ਇਸ ਫੈਡਰੇਸ਼ਨ FIF ਵੱਲੋਂ ਸਭ ਤੋਂ ਛੋਟੀ ਉਮਰ ਵਿੱਚ ਹੀ ਇਹਨਾਂ ਸਭ ਤੋਂ ਪਹਿਲਾ ਬੱਚਾ ਸੀਗਾ। ਹਾਂਜੀ। ਪਹਿਲਾਂ ਕਿਹੜੇ ਕਿਹੜੇ ਮਤਲਬ ਤੁਸੀਂ ਪਲੈਟਫਾਰਮ 'ਤੇ ਖੇਡ ਚੁੱਕੇ ਹੋ? ਔਰ ਪਹਿਲਾਂ ਮੈਂ ਜੀ ਮਿਸਟਰ ਲੁਧਿਆਣਾ ਬਣਿਆ ਸੀਗਾ, ਫਿਰ ਮੈਨੂੰ ਇਨਵੀਟੇਸ਼ਨ ਆਈ ਉੱਧਰੋਂ ਦੀ FIF ਫੈਡਰੇਸ਼ਨ ਵੱਲੋਂ ਵੀ ਤੁਸੀਂ ਖੇਡ ਸਕਦੇ ਹੋ। ਪਹਿਲਾਂ ਟ੍ਰਾਇਲ ਹੋਏ ਸੀਗੇ ਇੱਥੇ ਲੁਧਿਆਣਾ ਪੰਜਾਬ 'ਚ, ਅਤੇ ਫਿਰ ਮੈਂ ਇੰਡੀਆ ਨੂੰ ਰੀਪ੍ਰਜੈਂਟ ਕੀਤਾ ਅਤੇ ਉੱਥੋਂ ਇਨਵੀਟੇਸ਼ਨ ਆਈ ਐਂਡ ਮੈਂ ਮਿਸਟਰ ਏਸ਼ੀਆ ਬਣਿਆ। ਮਿਸਟਰ ਏਸ਼ੀਆ ਤੁਸੀਂ ਹੁਣ ਖੇਡ ਕੇ ਆਏ, ਕਿੰਨੀ ਤਰੀਕ ਨੂੰ ਖੇਡ ਕੇ ਆਏ? ਮੈਂ ਜੀ 28। ਹਾਂਜੀ। ਪੇਰੈਂਟਸ ਦੀ ਕਿਸ ਤਰੀਕੇ ਦੀ ਸਹਿਯੋਗ ਜਿਹੜਾ ਰਿਹਾ ਤੁਹਾਡੇ? ਪੇਰੈਂਟਸ ਦਾ ਮੇਰਾ ਬਹੁਤ ਵਧੀਆ ਸਹਿਯੋਗ ਸੀਗਾ, ਇਹਨਾਂ ਨੇ ਮੈਨੂੰ ਵਧੀਆ ਕੀਤਾ ਐਂਡ ਇਹਨਾਂ ਦੀ ਦੇਣ ਨਾਲ ਹੀ ਇੱਥੇ ਖੜ੍ਹਾ ਵਾਂ ਜੀ, ਜੋ ਕਹਿੰਦੇ ਹੈਗੇ ਆ ਅਤੇ ਬਹੁਤ ਵਧੀਆ ਕਰਦੇ ਹੈਗੇ ਆ। ਇੱਕ ਕਿਹਾ ਜਾਂਦਾ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਜ਼ਿਆਦਾਤਰ ਜਿਹੜੀ ਆ ਖੁਰਾਕ ਖਾਣੀ ਪੈਂਦੀ ਹੈ, ਪ੍ਰੋਡਕਟਾਂ ਦਾ ਵੀ ਕਿਤੇ ਨਾ ਕਿਤੇ ਜ਼ਿਕਰ ਆਉਂਦਾ ਹੈ, ਤਾਂ ਕਿੱਦਾਂ ਦੀ ਖੁਰਾਕ ਰਹੀ ਹੈ, ਕਿੱਦਾਂ ਦੇ ਨਾਲ ਮਤਲਬ ਤੁਸੀਂ ਜਿਹੜਾ ਆਪਣਾ ਮੁਕਾਬਲੇ ਦੇ ਵਿੱਚ ਜਾ ਕੇ ਜਿਵੇਂ ਤੁਸੀਂ ਹਿੱਸਾ ਲਿਆ ਅਤੇ ਕਿਸ ਤਰੀਕੇ ਦੇ ਨਾਲ ਤੁਹਾਡੀ ਖੁਰਾਕ ਰਹੀ? ਦੇਖੋ ਜੀ, ਨੈਚੁਰਲ ਬੋਡੀ ਬਿਲਡਿੰਗ ਕਰਦਾ ਮੈਂ, ਬਾਕੀ ਤਾਂ ਸਟੀਰੋਇਡ ਸਟੂਰੋਇਡ ਵਾਲੇ ਹੁੰਦੇ ਆ, ਮੇਰੀ ਨੈਚੁਰਲ ਬੋਡੀ ਬਿਲਡਿੰਗ ਹੈ ਐਂਡ ਮੈਂ 19 ਈਅਰਸ ਦਾ ਵਾਂ, ਅਤੇ ਖੁਰਾਕ ਤਾਂ ਹੀ ਹੁੰਦੀ ਹੈ, ਨਸ਼ਿਆਂ ਵੱਲ ਨਾ ਜਾਣ ਲੋਕ, ਸਾਡੇ ਨੌਜਵਾਨ ਪੀੜ੍ਹੀ, ਅਤੇ ਬਹੁਤ ਵਧੀਆ ਵਾ, ਪ੍ਰਾਊਡ ਮੂਮੈਂਟ ਫੀਲ ਹੋ ਰਿਹਾ। ਮਦਰ ਵੀ ਨੇ, ਉਹਨਾਂ ਨਾਲ ਵੀ ਉਹਨਾਂ ਦੇ ਗੱਲਬਾਤ ਕਰਾਂਗੇ। ਮੈਮ, ਕਿਵੇਂ ਦੇਖਦੇ ਹੋ ਲੜਕਾ ਤੁਹਾਡਾ ਮੁਕਾਮ ਹਾਸਲ ਕਰਕੇ ਹੈ? ਕਿਤੇ ਨਾ ਕਿਤੇ ਮਾਪਿਆਂ ਦੀ ਇੱਕ ਇੱਛਾ ਹੁੰਦੀ ਹੈ ਕਿ ਉਹ ਵਧੀਆ ਪਲੈਟਫਾਰਮ 'ਤੇ ਜਾਵੇ, ਕਿਤੇ ਨਾ ਕਿਤੇ ਨਾਮ ਰੋਸ਼ਨ ਕਰੇ। ਹਾਂਜੀ, ਇਹਨੂੰ ਬੋਡੀ ਬਿਲਡਿੰਗ ਦਾ ਬੜਾ ਸ਼ੌਂਕ ਸੀਗਾ ਅਤੇ ਅਸੀਂ ਇਹਨਾਂ ਦਾ ਸਾਥ ਦਿੱਤਾ ਆਪਣੇ ਬੱਚਿਆਂ ਦਾ ਦੋਨਾਂ ਦਾ, ਅਤੇ ਪਹਿਲਾਂ ਇਹ ਮਿਸਟਰ ਲੁਧਿਆਣਾ ਬਣਿਆ, ਉਸ ਤੋਂ ਬਾਅਦ ਇਹਨੂੰ ਔਫਰ ਆਈ ਬਾਹਰ ਦੀ, ਫਿਰ ਇਹ ਬੈਂਕਕ ਜਾ ਕੇ ਉੱਥੇ ਜਾ ਕੇ ਇਹਨੇ ਸੈਕਿੰਡ ਪ੍ਰਾਈਜ਼ ਹਾਸਲ ਕੀਤਾ। ਉੱਥੇ ਬੱਚੇ ਬਹੁਤ ਆਏ ਹੋਏ ਸੀ ਪਰ ਇਹਨੇ ਘਬਰਾਇਆ ਨਹੀਂ। ਇਹ ਉੱਥੇ ਉਹਨਾਂ ਇਹਨਾਂ ਨੇ ਤਿੰਨ ਲਾਈਨ ਚੁਣੀਆਂ ਹੋਈਆਂ ਸੀਗੀਆਂ ਅਤੇ ਪਹਿਲਾਂ 5 ਕੱਢੇ, ਫਿਰ 3 ਦੇ ਵਿੱਚੋਂ ਇਹ ਫਿਰ ਸੈਕਿੰਡ ਇਹਨੂੰ ਕੱਢਿਆ ਉਹਨਾਂ ਨੇ। ਇਹਦੀ ਨੈਚੁਰਲ ਬੋਡੀ ਕਰਕੇ ਹੀ ਇਹਨੂੰ ਪ੍ਰਾਈਜ਼ ਮਿਲਿਆ ਆ। ਹਾਂਜੀ, ਲੱਗਦਾ ਜੀ ਕਿਤੇ ਨਾ ਕਿਤੇ ਇੱਕ ਵੱਡੇ ਪਲੈਟਫਾਰਮ 'ਤੇ ਜਾ ਕੇ ਖੇਡਣਾ, ਵੱਡੇ ਵੱਡੇ ਖਿਡਾਰੀ ਉੱਥੇ ਆਏ ਸੀ। ਹਾਂਜੀ, ਆਲ ਇੰਡੀਆ ਤੋਂ ਹੀ ਖਿਡਾਰੀ ਗਏ ਹੋਏ ਸੀਗੇ ਕਾਫੀ। ਹਾਂਜੀ, ਪਰ ਇਹਨੂੰ ਚੁਣਿਆ ਗਿਆ ਨੈਚੁਰਲ 'ਚ ਕਿਉਂਕਿ ਬਾਕੀ ਜਿਹੜੇ ਹੈ ਉਹ ਲੈਂਦੇ ਆ ਪ੍ਰੋਡਕਟ ਵਗੈਰਾ ਲੈਂਦੇ ਆ, ਪਰ ਇਹਨੇ ਪ੍ਰੋਡਕਟ ਵਗੈਰਾ ਕੁਛ ਨਹੀਂ ਲਿਆ। ਹਾਂਜੀ, 2 ਮਹੀਨਿਆਂ 'ਚ ਇਹਨੇ ਆਪਣੀ ਬੋਡੀ ਨੂੰ ਤਿਆਰ ਕੀਤਾ ਹੈ ਇਹਦੇ ਲਈ। ਪਹਿਲਾਂ ਇਹ ਮਿਸਟਰ ਲੁਧਿਆਣਾ ਬਣਿਆ, ਫਿਰ ਹੁਣ ਏਸ਼ੀਆ ਮਿਸਟਰ ਉਹਦੇ ਵਿੱਚ ਹੀ। ਆਮ ਘਰ ਦਾ ਨੌਜਵਾਨ ਹੈ, ਦੇਖ ਸਕਦੇ ਹੋ ਕਿ ਮੈਡਲ ਜਿਹੜੇ ਆ ਉਹ ਜ਼ਰੂਰ ਪਾਏ ਹੋਏ ਆ, ਔਰ ਪਿਤਾ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਰ, ਕਿਵੇਂ ਦੇਖਦੇ ਹੋ ਬੇਟਾ ਅੱਜ ਲੁਧਿਆਣਾ ਦੇ ਵਿੱਚ ਤੁਸੀਂ ਸਵਾਗਤ ਕਰ ਰਹੇ ਹੋ ਪਹੁੰਚਣ 'ਤੇ? ਮੇਰਾ ਬੇਟਾ ਪਹਿਲਾਂ ਮਿਸਟਰ ਲੁਧਿਆਣਾ ਬਣਿਆ ਅਤੇ ਉਸ ਤੋਂ ਬਾਅਦ ਆਪਣਾ ਥਾਈਲੈਂਡ ਦੇ ਵਿੱਚ ਖੇਡ ਕੇ ਆਇਆ, ਮੈਂ ਉੱਥੋਂ ਸੈਕਿੰਡ ਮੈਡਲ ਜਿੱਤ ਕੇ ਆਇਆ ਅਤੇ ਮਿਸਟਰ ਏਸ਼ੀਆ ਬਣਿਆ ਇਹ। ਅਤੇ ਕਿੰਨਾ ਕੁ ਪ੍ਰਾਊਡ ਫੀਲ ਹੋ ਰਿਹਾ, ਕੀ ਉਮੀਦ ਲੈ ਕੇ ਚੱਲੇ ਸੀ? ਸੋ ਦੇਖਦੇ ਪਰਿਵਾਰ ਨੂੰ ਇੱਕ ਕਿਤੇ ਨਾ ਕਿਤੇ ਖੁਸ਼ੀ ਦੇ ਹੰਝੂ ਹੈ
ਕਿਤੇ ਨਾ ਕਿਤੇ ਪਿਤਾ ਦੇ ਖੁਸ਼ੀ ਦੇ ਹੰਝੂ ਹੈ ਕਿਉਂਕਿ ਬੇਟਾ ਮਾਣ ਮਹਿਸੂਸ ਕਰਕੇ ਆਇਆ। ਸਰ ਇੱਕ ਵਾਰ ਫਿਰ ਤੋਂ ਕਿਵੇਂ ਦੇਖਦੇ ਹੋ, ਕੀ ਉਮੀਦ ਸੀਗੀ ਬੇਟੇ ਤੋਂ? ਮੈਨੂੰ ਸਟਾਰਟਿੰਗ ਤੋਂ ਉਮੀਦ ਸੀ ਕਿ ਮੇਰਾ ਬੇਟਾ ਕੁਛ ਨਾ ਕੁਛ ਜ਼ਰੂਰ ਕਰਕੇ ਆਊਗਾ। ਸੋ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਤਾਂ ਭਰਾ ਵੀ ਨਾਲ ਹੈਗਾ, ਕਿਉਂਕਿ ਆਮ ਤੌਰ 'ਤੇ ਹੁੰਦਾ ਕਿ ਭਰਾਵਾਂ ਦੇ ਨਾਲ ਹੀ ਜਿਹੜੀ ਸਰਦਾਰੀ ਹੁੰਦੀ ਹੈ। ਕਿਵੇਂ ਦੇਖਦੇ ਹੋ ਜੀ, ਇੱਕ ਭਰਾ ਤੁਹਾਡਾ ਵਿਦੇਸ਼ ਦੇ ਵਿੱਚ ਖੇਡ ਕੇ ਆਇਆ, ਨਾਮ ਰੋਸ਼ਨ ਕੀਤਾ? ਹਾਂਜੀ, ਮੈਂ ਉਹਦੇ ਨਾਲ ਹੀ ਗਿਆ ਸੀਗਾ ਅਤੇ ਉਹਨੂੰ ਮੈਂ ਕਾਫੀ ਗਾਈਡੈਂਸ ਦਿੱਤੀ, ਜ਼ਿਆਦਾਤਰ ਮੈਂ ਹੀ ਤਿਆਰ ਕੀਤਾ, ਬਟ ਮੇਰੇ ਨਾਲ ਮੇਰੇ ਕੋਚ ਸਾਹਿਬ ਹੈਪੀ ਉਰਫ ਸੁਨੀਲ ਕੁਮਾਰ, ਜਿਹੜੇ ਕਿ ਸਪਾਰਕ ਜਿੰਮ ਚਲਾ ਰਹੇ ਨੇ ਇਸ ਟਾਈਮ ਨਿੰਮ ਵਾਲੇ ਚੌਂਕ ਦੇ ਵਿੱਚ, ਉਹਨਾਂ ਦਾ ਸਾਡੇ ਸਭ ਤੋਂ ਵੱਡਾ ਸਹਿਯੋਗ ਮਿਲਿਆ ਸਾਨੂੰ। ਉਹਨਾਂ ਨੇ ਸਾਨੂੰ ਇਨਵੀਟੇਸ਼ਨ ਦਵਾਈ, ਪਹਿਲਾਂ ਮਿਸਟਰ ਲੁਧਿਆਣਾ ਬਣਾਇਆ, ਮੈਨੂੰ ਉਹਨਾਂ ਨੇ UIBF ਦੇ ਪ੍ਰੈਜੀਡੈਂਟ ਲੁਧਿਆਣਾ ਪ੍ਰੈਜੀਡੈਂਟ ਲਾਇਆ, ਜਿਹੜੀ ਕਿ ਯੂਨਾਈਟਿਡ ਇੰਟਰ ਚੀਜ਼ ਦਾ ਸ਼ੌਂਕ ਰੱਖਦੇ ਹੋ? ਹਾਂਜੀ, ਮੈਂ ਵੀ ਯੂਨਾਈਟਿਡ ਇੰਟਰ ਕੌਂਟੀਨੈਂਟਲ ਬੋਡੀ ਬਿਲਡਿੰਗ ਫੈਡਰੇਸ਼ਨ ਦਾ ਮੈਂਬਰ ਹਾਂ, ਲੁਧਿਆਣਾ ਪ੍ਰੈਜੀਡੈਂਟ ਬਣਾਇਆ ਉਹਨਾਂ ਨੇ ਮੈਨੂੰ, ਉਹ ਪੰਜਾਬ ਪ੍ਰੈਜੀਡੈਂਟ ਨੇ। ਕਦੇ ਮੁਕਾਬਲਿਆਂ 'ਚ ਹਿੱਸਾ ਲਿਆ? ਨਾ ਜੀ, ਮੈਂ ਕਦੇ ਮੁਕਾਬਲਿਆਂ 'ਚ ਹਿੱਸਾ ਨਹੀਂ ਲਿਆ, ਬਟ ਮੈਂ ਜੱਜ ਦੇ ਤੌਰ 'ਤੇ ਬੈਠਾ ਸੀਗਾ ਜੀ। ਅੱਜ ਭਰਾ ਨੂੰ ਇਸ ਮੁਕਾਮ 'ਤੇ ਪਹੁੰਚੇ ਵੇਖ ਕਿਹੋ ਜਿਹਾ ਮਹਿਸੂਸ ਕਰ? ਮੈਂ ਬਹੁਤ ਪ੍ਰਾਊਡ ਮੂਮੈਂਟ ਫੀਲ ਕਰ ਰਿਹਾ, ਕਿਉਂਕਿ ਮੈਂ ਜੱਜ ਦੇ ਤੌਰ 'ਤੇ ਬੈਠਾ ਜਿੱਥੇ ਮੇਰਾ ਭਰਾ ਕੰਪੀਟੀਸ਼ਨ ਖੇਡ ਰਿਹਾ, ਅਤੇ ਮੈਂ ਉਹ ਬਹੁਤ ਸੋਚਦਾ ਕਿ ਹੁਣ ਅਸੀਂ ਮਿਸਟਰ ਪੰਜਾਬ ਕਰਾਵਾਂਗੇ ਅਤੇ ਦੈਨ ਮਿਸਟਰ ਲੁਧਿਆਣਾ ਬੈਂਗਲੋਰ, ਮਿਸਟਰ ਵਰਲਡ ਹੋਏਗਾ ਬੈਂਗਲੋਰ ਦੇ ਵਿੱਚ 23-24 ਨਵੰਬਰ ਨੂੰ। ਸੋ ਪਹਿਲਾਂ ਅਸੀਂ ਮਿਸਟਰ ਪੰਜਾਬ ਕਰਾ ਕੇ ਬੋਆਇਜ਼ ਚੁਣ ਕੇ ਦੈਨ ਅਸੀਂ ਮਿਸਟਰ ਵਰਲਡ ਕਰਾਵਾਂਗੇ, ਤਦੋਂ ਦੇਖਾਂਗੇ ਕੌਣ ਜਿੱਤਦਾ ਜੀ।